ਸਰਵਨ ਸਤਿਕਾਰਯੋਗ ਮੇਰੇ ਵੀਰ ਤੇ ਬਜ਼ੁਰਗ, ਇਹ ਜਿਹੜਾ ਮੋਰਚਾ ਇਹ ਆਪਣੀ ਇਕੱਲੇ ਇਕੱਲੇ ਪਰ ਨਾਲ ਜਾਂ ਇਕੱਲੇ ਇਕੱਲੇ ਖੰਭ ਨਾਲ ਜੁੜ ਕੇ ਇੱਕ ਮੋਰਚਾ ਬਣਦਾ। ਆਪਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਈ ਤਾਂ ਮੈਂ ਉਰੇ ਤਕਰੀਬਨ ਅੱਜ 7ਵੀਂ ਵਾਰੀ ਆਇਆ, ਕਿਉਂਕਿ 2005 ਮਹੀਨੇ ਦੀ 24 ਤਰੀਕ ਨੂੰ ਮੇਰਾ ਇੱਕ ਹਾਦਸਾ ਹੋਇਆ, ਐਕਸੀਡੈਂਟ ਹੋਇਆ। ਉਸ ਹਾਦਸੇ ਦੇ ਵਿੱਚ ਮੈਨੂੰ 2 ਮਹੀਨੇ ਦੇ ਤਕਰੀਬ ਬੇਹੋਸ਼ ਵੀ ਰਹਿਣਾ ਪਿਆ। ਪਰ ਜਿਸ ਦਿਨ ਤੇ ਇਹ ਆਪਣੀ ਪ੍ਰਥਾ ਤੁਰੀ ਹੈ, ਜਿਹੜੀ ਇਹ ਪੰਜਾਬ ਦੀ ਇੱਕ ਹੋਂਦ ਦਾ ਬਹੁਤ ਜ਼ਿਆਦਾ ਬੜਾ ਘਾਣ ਹੋਣ ਲੱਗਿਆ। ਮੈਂ ਤਕਰੀਬਨ ਹਰ ਇੱਕ ਜਦ ਸੋਝੀ ਆ ਗਈ, ਸੋਝੀ ਦੇ ਹੌਲੀ ਹੌਲੀ ਸੰਭਲਦਾ ਸੰਭਲਦਾ, ਜਿਹਦੇ ਮੈਂ ਪਹਿਲੇ ਦਿਨ ਉਰੇ ਆਇਆ, ਮੈਨੂੰ ਬੰਦੇ ਨੇ ਫੜ ਕੇ ਲਿਆ, ਬੋਲਿਆ ਨਹੀਂ, ਮੈਂ ਕੁਛ ਨਹੀਂ ਕਰਿਆ, ਸਿਰਫ ਉਰੇ ਦੇਖ ਕੇ ਸੰਗਤ ਦੇ ਦਰਸ਼ਨ ਕਰਕੇ। ਕਾਕਾ ਜੀ ਸਾਡੇ ਦੀਪ ਸਿੱਧੂ ਜੀ, ਜਿਹੜੇ ਬਹੁਤ ਵਧੀਆ, ਜਿਹਨਾਂ ਦੀ ਮੈਨੂੰ ਵਿਚਾਰ ਲੱਗੇ ਔਰ ਬਹੁਤ ਵਧੀਆ ਉਹਨਾਂ ਦੀ ਹੋਂਦ ਲੱਗੀ। ਬਹੁਤ ਸਾਲ ਪਹਿਲਾਂ ਤਕਰੀਬਨ ਮੈਨੂੰ 45 ਸਾਲ ਦਾ ਅਨੁਮਾਨ ਹੈ ਵੀ ਮੈਂ 45 ਸਾਲ 'ਤੇ ਪਾਰਟੀਆਂ ਨਾਲ ਜੁੜਿਆ, ਪਾਰਟੀਆਂ ਦੀ ਸੇਵਾ ਵੀ ਕਰੀ ਹੈ, ਜ਼ਿਆਦਾਤਰ ਜਿੱਥੇ ਵੀ ਇੱਛਾ ਮਿਲਣੀ। ਜਿਸ ਤਰ੍ਹਾਂ ਇੱਕ ਵਾਰੀ ਕਿਸਾਨ ਯੂਨੀਅਨ ਦਾ ਜਿਹੜਾ ਧਰਨਾ, ਸਭ ਤੋਂ ਬੜਾ ਧਰਨਾ ਚੰਡੀਗੜ੍ਹ 'ਚ ਲੱਗਿਆ, ਉਸ ਧਰਨੇ ਦੇ ਵਿੱਚ ਬੜਾ ਮਨ, ਮੈਂ ਸੇਵਾ ਕਰਦਾ ਰਿਹਾ ਉੱਥੇ 3 ਦਿਨ, ਬੜਾ ਮਨ ਹੌਸਲਾ ਹੋਇਆ ਵੀ ਲੈ ਵੀ। ਉਸੇ ਤਰ੍ਹਾਂ ਦਿਮਾਗ ਦੇ ਵਿੱਚ ਉਹੀ ਕਹਾਣੀ ਹੈ ਜਿਹੜੀ ਆਪਣੀ ਇੱਕ ਸੰਨ 47 'ਚ ਹੋਈ ਹੈ, ਸਾਡੇ ਦੇਸ਼ ਦੀ ਵੰਡ ਹੋਈ ਹੈ। ਉਹ ਵੰਡ ਦੇ ਮੁਤਾਬਕ ਅਸੀਂ ਵੰਡ ਨਹੀਂ ਉਹਨੂੰ ਕਹਿੰਦੇ, ਉਸ ਟਾਈਮ ਆਜ਼ਾਦੀ ਕਹਿੰਦੇ, ਵੀ ਆਜ਼ਾਦੀ ਮਿਲੀ ਸਾਨੂੰ, ਆਜ਼ਾਦੀ ਮਿਲੀ। ਪਰ ਵੀਰੋ, 45 ਸਾਲ ਦੇ ਤਜਰਬੇ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ, ਇੱਕ ਪੰਜਾਬ ਜਿਹੜਾ ਹਾਥੀ ਦੇ ਸਵਾਰ ਚੱਲਿਆ, ਹਾਥੀ ਦਾ ਸੁਪਨਾ ਲੈ ਕੇ ਚੱਲਿਆ, ਹਾਥੀ ਹੀ ਚੱਲਿਆ ਹਿੰਦੁਸਤਾਨ ਦੇ ਵਿੱਚ। ਜਦ ਪਹਿਲਾ ਇਕੱਠਾ ਹਿੰਦੁਸਤਾਨ ਤਾਂ, ਜੇ ਕੋਈ ਵਧੀਆ ਸ਼ਾਂਤ, ਜੇ ਕੋਈ ਵਧੀਆ ਸ਼ੌਕਤ, ਜੇ ਕੋਈ ਵਧੀਆ ਮਾਨਤਾ ਤੀ, ਤਾਂ ਉਹ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਜਿਹੜੀ ਫੌਜ ਹੈ ਪੰਜਾਬ ਦੀ, ਇਹਦੇ ਪਰ ਮਾਨਤਾ। ਪੰਜਾਬ ਦਾ ਹਰ ਇੱਕ ਸੂਬੇ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਨਾਂ ਤਾਂ, ਮਾਨਤਾ ਇੱਕ ਬੜੇ ਉਸ 'ਤੇ ਤੁਰਿਆ ਹੈ। ਇਹ ਜਦ ਤੇ ਆਜ਼ਾਦੀ ਮਿਲਦੀ ਚਲੀ ਗਈ, ਆਜ਼ਾਦੀ 'ਚ ਵੀ ਘਟਿਆ, ਪਹਿਲੇ ਝੱਟ ਆਪਣੇ ਪਰ ਜਿਹੜਾ ਆਜ਼ਾਦੀ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਆਪਣਾ ਕੁਛ ਹਿੱਸਾ ਪਾਕਿਸਤਾਨ ਚਲਿਆ ਗਿਆ, ਕੁਛ ਹਿੱਸਾ ਥੋੜ੍ਹਾ ਜਿਹਾ ਰਾਜਾਂ 'ਚ ਕਰਤਾ ਇਹਨਾਂ ਨੇ। ਉਸ ਤੋਂ ਘਟਦਾ 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 ਸਾਡਾ ਬਿਲਕੁਲ ਹੁਣ ਇੱਕ ਮੁਰਗੇ ਦੇ ਮੁਤਾਬਕ ਹੋ ਗਿਆ। ਮੈਂ ਜਿਹੜਾ ਮੇਰਾ ਮਨ ਮੰਨਦਾ ਉਹਦੇ ਵਿੱਚ ਤਾਂ ਵੀ ਆਪਣੇ ਖੰਭ ਜਿਹੜੇ ਆ ਨਿਖਰਦੇ ਜਾ ਰਹੇ ਹੈ। ਕਿਉਂ ਕਿ ਉਰੇ ਦਾ ਸਿਸਟਮ, ਉਰੇ ਦੀ ਜਿਹੜੀ ਰਾਜਨੀਤੀ ਹੈ, ਇਸ ਰਾਜਨੀਤੀ ਨੇ ਅੰਗਰੇਜ਼ਾਂ 'ਤੇ ਕੁਛ ਸਿੱਖਿਆ, ਇਹਨਾਂ ਲੋਕਾਂ ਨੇ ਅੰਗਰੇਜ਼ਾਂ 'ਤੇ ਕੁਛ ਸਿੱਖਿਆ। ਆਪਾਂ ਸੁਣਦੇ ਵੀ ਹੈ, ਤੁਹਾਡੇ ਵੱਜ ਕੇ ਬਜ਼ੁਰਗ ਜਿਹੜੇ ਦੱਸਦੇ ਹੈ ਵੀ ਉਹ ਇੱਕ ਇਹਨਾਂ ਨੂੰ ਜਾਂਦੇ ਸਮਝਾ ਕੇ ਸੀ, ਇੱਕ ਅਨੁਮਾਨ ਲਾ ਲਓ ਚਾਹੇ ਸੱਚ ਲਾ ਲਓ, ਵੀ ਇਹਨਾਂ ਦੀ ਨੀਤੀ ਜਿਹੜੀ ਹੈ ਪਾੜੋ ਅਤੇ ਰਾਜ ਕਰੋ, ਪਾੜੋ ਅਤੇ ਰਾਜ ਕਰੋ ਨੀਤੀ ਦੇ ਵਿੱਚ। ਇਹੀ ਜਿਹੀ ਨੀਤੀ ਸਾਡੇ ਪੱਲੇ ਪੈ ਗਈ, ਇਹੋ ਜਿਹੀਆਂ ਪਾਰਟੀਆਂ ਸਾਨੂੰ ਦਾ ਮਾਣ ਮਿਲ ਗਿਆ, ਭਾਵੇਂ ਉਹ ਕਿਸੇ ਅਕਾਲੀ ਦਲ ਨਾਲ ਸੰਬੰਧਿਤ ਹੈ, ਚਾਹੇ ਉਹ ਕਿਸੇ ਕਾਂਗਰਸ ਨਾਲ ਸੰਬੰਧਿਤ ਹੈ, ਚਾਹੇ ਉਹ ਬੀਜੇਪੀ ਨਾਲ ਸੰਬੰਧਿਤ ਹੈ, ਪਰ ਇਹਨਾਂ ਦੇ ਵਿੱਚ ਰਾਜਨੀਤੀ ਬਿਲਕੁਲ ਅੰਦਰੇ ਅੰਦਰ ਇਹਨਾਂ ਦੇ ਵਿੱਚ ਚੁਣੌਤੀ ਕਰਦੀ ਚਲੀ ਗਈ। ਭਰਾਵੋ, ਜਿਹੜਾ ਸਾਡਾ ਉਸ ਸਮੇਂ ਦੇ ਜ਼ਿਮੀਂਦਾਰ ਸੀ, ਉਹ ਵੀ ਉਹ ਮੁਰਗੇ ਦੇ ਔਰ ਹਾਥੀ ਦੇ ਸਵਾਰ ਦੇ ਤਰ੍ਹਾਂ ਹੀ ਚੱਲਦਾ ਚਲੇ ਗਿਆ। ਜਿਹੜੇ ਬੰਦਿਆਂ ਕੋਲ 500 ਕਿੱਲਾ ਜ਼ਮੀਨ ਦਾ, ਤਾਂ ਅੱਜ ਉਹ 5-5, 7-7 ਕਿੱਲਿਆਂ ਪਰ ਆ ਗਿਆ।
ਜਿਹੜਾ 500 ਵਿਗੜਦਾ ਉਹ ਵਿਗਿਆਂ ਭਰੇ ਆ ਗਿਆ ਹੁਣ ਸੈਂਕੜੇ ਸੁੰਕੜੇ ਖਤਮ ਹੋ ਗਏ ਸਵਾਲ ਆਪਾਂ ਨੂੰ ਖੋਰਾ ਲੱਗਦਾ ਚੱਲਿਆ ਸਿਰੇ ਦੇ ਸਿਰੇ ਤੱਕ ਬੀਬੀ ਪਹਿਲਾਂ ਜਵਾਹਰ ਲਾਲ ਜੀ ਨੇ ਰਾਜ ਕਰਿਆ ਪ੍ਰਧਾਨ ਮੰਤਰੀ ਉਸ ਤੋਂ ਮਗਰੋਂ ਇੰਦਰਾ ਗਾਂਧੀ ਨੇ ਬੀਬੀ ਜੀ ਨੇ ਕਰਿਆ ਇੰਦਰਾ ਗਾਂਧੀ ਨੇ ਉਹ ਨੁਕਸਾਨ ਉਹ ਟਿਕਾਣੇ ਆਪਣੇ ਹਲਾਏ ਜਿੱਥੇ ਅਸੀਂ ਆਪਣਾ ਇੱਕ ਪਰਿਵਾਰ ਵੀ ਨਹੀਂ ਰਿਹਾ ਤੁਹਾਨੂੰ ਯਾਦ ਹੋਣਾ ਕਿ ਭੈਣ ਔਰ ਭਾਈ ਦਾ ਰਿਸ਼ਤੇ ਵਿੱਚ ਫਰਕ ਪਾ ਦਿੰਦਾ ਇੱਕ ਵਾਰੀ ਸਾਡੇ ਕੋਲੋਂ ਜ਼ਮੀਨਾਂ ਦੀ ਜਿਹੜੀ ਆ ਵਿਰਾਸਤ ਖੋਈ ਗਈ ਸੀ ਵੀ 18 ਕਿੱਲੇ ਜਾਂ 20 ਕਿੱਲਿਆਂ ਤੋਂ ਫਾਲਤੂ ਜ਼ਮੀਨ ਨਹੀਂ ਰਹਿੰਦੀ ਥੋੜ੍ਹਾ ਥੋੜ੍ਹਾ ਮਤਲਬ ਦੇਖਦੇ 45 ਸਾਲ 'ਤੇ ਮੈਂ ਹਰ ਇੱਕ ਬੰਦੇ ਨਾਲ ਸੰਬੰਧਿਤ ਰਿਹਾ ਮੌਕਾ ਮਿਲਣ ਦੇ ਪਰ ਮੇਰਾ ਹਰ ਇੱਕ ਥਾਂ ਮੇਰਾ ਮਨ ਟੁੱਟਦਾ ਹੀ ਰਿਹਾ ਜਦ ਕੋਈ ਨਵੀਂ 5-4 ਸਾਲ ਬਾਅਦ ਕੋਈ ਫੈਸਲਾ ਆਉਣਾ ਜਾਂ ਕੋਈ ਨਵੀਂ ਗੱਲ ਆਉਣੀ ਉਸ ਗੱਲ 'ਤੇ ਫਿਰ ਮੈਂ ਕਹਿਣਾ ਵੀ ਲੈ ਵੀ ਇੱਕ ਵਾਰੀ ਫਿਰ ਲੱਗੂ ਆਪਣੇ ਕਈ ਵਾਰੀ ਅਸੀਂ ਇਕੱਠੇ ਹੋ ਜਾਣਾ ਕਿਸਾਨ ਯੂਨੀਅਨ ਨੇ ਇਕੱਠੇ ਹੋ ਜਾਣਾ ਜਾਂ ਫਿਰ ਹੋਰ ਪਰਿਵਾਰਾਂ ਨੇ ਇਕੱਠੇ ਹੋ ਜਾਣਾ ਚਲੋ ਰਾਜਨੀਤੀਆਂ ਨੇ ਇਹਨਾਂ ਨੂੰ ਵਡਿਆ ਕੇ ਆਪਣੀ ਗੋਦੀ ਵਿੱਚ ਲੈ ਲੈਣਾ ਜਿਹੜਾ ਸਾਡਾ ਹੈ ਉਸੇ ਤਰ੍ਹਾਂ ਟਿਕਾ ਕੇ ਸਮਝਾ ਕੇ ਉਹਨੂੰ ਤੋੜ ਮਰੋੜ ਕੇ ਫਿਰ ਪੇਸ਼ ਕਰ ਦੇਣਾ ਪਰ ਆਪਣੇ ਕੋਲ ਕੁਛ ਵੀ ਨਹੀਂ ਰਿਹਾ ਅੱਜ ਜਿਹੜਾ ਅੱਜ ਦਾ ਸਮਾਂ ਨਾ ਸਾਡੇ ਕੋਲ ਸਕੂਲ ਰਹੇ ਨਾ ਸਾਡੇ ਕੋਲ ਸੜਕਾਂ ਰਹੀਆਂ ਨਾ ਸਾਡੇ ਕੋਲ ਰੇਲਵੇ ਰਿਹਾ ਨਾ ਸਾਡੇ ਕੋਲ ਬਿਜਲੀ ਰਿਹਾ ਬਿਜਲੀ ਬੋਰਡ ਜਿਹੜੇ ਆ ਸਾਰੇ ਵੀ ਪ੍ਰਾਈਵੇਟ ਹੈ ਸਾਡੇ ਕੋਲ ਕੁਛ ਵੀ ਨਹੀਂ ਰਹਿ ਗਿਆ ਜੇ ਕਿਤੇ ਸਾਡੇ ਖੜਨ ਨੂੰ ਜਾਂ ਤੁਰਨ ਨੂੰ ਜਾਂ ਕਿਤੇ ਅਸੀਂ ਖੇਤ ਵਿੱਚ ਘੁੰਮਣ ਨੂੰ ਸਾਡੇ ਕੋਲ ਥੋੜ੍ਹੀ ਥੋੜ੍ਹੀ ਜਾਇਦਾਦਾਂ ਜ਼ਮੀਨਾਂ ਜਿਹੜੀਆਂ ਰਹਿ ਗਈਆਂ ਉਹ ਆ ਕੇ ਪਹਿਲਾਂ ਅਸੀਂ ਕਾਂਗਰਸ ਨੂੰ ਨਿੰਦੇ ਰਹੇ ਵੀ ਸਾਡਾ ਜਿੰਨਾ ਨੁਕਸਾਨ ਕਰਿਆ ਕਾਂਗਰਸ ਨੇ ਕਰਿਆ ਜਿੰਨਾ ਸਾਡੇ ਪਰ ਅੱਜ ਤੱਕ ਧੱਬਾ ਲਾਇਆ ਕਾਂਗਰਸ ਨੇ ਲਾਇਆ ਜੋ ਦੌਰ ਲਾਇਆ ਕਾਂਗਰਸ ਨੇ ਲਾਇਆ ਭਰਾਵੋ ਕਾਂਗਰਸ ਵਿੱਚ ਤਾਂ ਨਿਕਲ ਕੇ ਬੰਦੇ ਦੇ ਵਿੱਚ ਸ਼ਾਮਿਲ ਹੋਏ ਬੀਜੇਪੀ ਦਾ ਔਕਾਰ ਬਣ ਗਿਆ ਉਹਨੂੰ ਬੀਜੇਪੀ ਨੂੰ ਪਾਲਣ ਵਾਲਾ ਬੀਜੇਪੀ ਨੂੰ ਤੋੜਨ ਵਾਲਾ ਪੰਜਾਬ ਹੀ ਹੈ ਇਹਨਾਂ ਸਭ ਤੋਂ ਪਹਿਲਾ ਮੁੱਢ ਪੰਜਾਬ 'ਚੋਂ ਹੀ ਤੁਰਿਆ ਜਿਸ ਤਰ੍ਹਾਂ ਹੁਣ MP ਜਿਹੜੇ ਆ ਪੰਜਾਬ 'ਚੋਂ ਹੀ ਹੋਏ ਆ ਝਾੜੂ ਵਾਲੇ ਜੇ ਆਪ ਦੇ ਤਾਂ ਆਪਾਂ ਨੂੰ ਹਮੇਸ਼ਾ ਦਿੱਲੀ ਨੇ ਹਮੇਸ਼ਾ ਹੀ ਲੁੱਟਿਆ ਮੇਰਾ ਆਉਣ ਦਾ ਕਾਰਨ ਕਿ ਮੈਂ ਵੀ ਉਜੜਿਆ ਉਖੜਿਆ ਵੀਰੇ ਮੇਰੇ ਕੋਲ ਕੁਛ ਨਹੀਂ ਹੈਗਾ ਹੁਣ ਮੈਂ ਸੱਚੀ ਤੁਹਾਨੂੰ ਗੱਲ ਦੱਸ ਰਿਹਾ ਕਿਸੇ ਟਾਈਮ ਮੈਂ ਥਾ 15-16 ਸਾਲ 20 ਸਾਲ ਸਰਪੰਚੀ ਦਾ ਹੀ ਮੌਕਾ ਮਿਲਿਆ ਤੁਹਾਡੇ ਸਮਾਜ ਦੇ ਵਿੱਚ ਅੱਜ ਵੀ ਉਨਾ ਹੀ ਹੈ ਸਮਾਜ 'ਚ ਨਹੀਂ ਘਟਿਆ ਜਿਹੜਾ ਉਜੜ ਉਖੜ ਦਾ ਮਸਲਾ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿ ਮੇਰੇ ਬੱਚੇ ਜਿਹੜੇ ਬਾਹਰ ਚਲੇ ਗਏ ਮੈਂ ਹੁਣ ਅਸੀਂ ਮੀਆਂ ਬੀਬੀਆਂ ਘਰ ਦੇ ਵਿੱਚ ਇਸ ਤੋਂ ਬੜਾ ਉਜਾੜਾ ਸਾਡੇ ਕੋਲ ਕੀ ਹੋਊਗਾ ਇਸ ਤੋਂ ਬੜਾ ਆਪਣੇ ਕੋਲ ਘਟੀਆ ਸ਼ਬਦ ਕਿਹਾ ਹੋਊਗਾ ਤਾਂ ਭਰਾਵੋ ਹਰ ਇੱਕ ਬੰਦੇ ਦੇ ਨਾਲ ਬੀਤਦੀ ਹੈ ਮੈਂ ਸੰਨ 75 ਤੋਂ ਲੈ ਕੇ ਅੱਜ ਤੱਕ ਦਾ ਸਾਰਾ ਅੰਕੜਾ ਦੇਖਿਆ ਆਪਾਂ ਘਟਦੇ ਹੀ ਚਲੇ ਗਏ ਕਦੇ ਵਧੇ ਨਹੀਂ ਹਰ ਇੱਕ ਚੀਜ਼ ਸਾਡੇ ਕੋਲੋਂ ਖੋਹੀ ਗਈ ਹੈ ਹਰ ਇੱਕ ਸਾਡੇ ਕੋਲੋਂ ਜਿਹੜਾ ਆਪਣਾ ਕੋਈ ਸੁਪਨਾ ਉਹ ਖੋਇਆ ਗਿਆ ਜਾਂ ਸਾਡੇ ਕੋਲ ਕੋਈ ਵਕਾਰ ਤਾਂ ਉਹ ਵੀ ਖੋਇਆ ਗਿਆ ਲੁੱਟਿਆ ਕਿਹਨੇ ਰਾਜਨੀਤੀ ਨੇ ਇਹੀ ਰਾਜਨੀਤੀ ਹੈ ਭਰਾਵੋ ਇੱਕ ਛੋਟੀ ਜਿਹੀ ਮੈਂ 2-4 ਵਾਰੀ ਪਹਿਲਾਂ ਵੀ ਬੇਨਤੀ ਕਰੀ ਹੈ ਮੈਨੂੰ ਇੱਕ ਦੱਸੋ 500-600 MP ਸਾਡੇ ਪੰਜਾਬ 'ਚੋਂ ਦਿੱਲੀ ਦੇ ਵਿੱਚ ਬੈਠਿਆ ਜਾ ਕੇ ਕਦੇ ਕਿਸੇ MP ਨੇ ਕਦੇ ਸਾਡੇ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਨਾਂ ਤੱਕ 20 ਸਾਲ ਦੇ ਡੇਰੇ ਨੇੜੇ ਆਸ ਪਾਸ ਚਲੀ ਗਈ ਮਹਾਰਾਣੀ ਪ੍ਰਨੀਤ ਕੌਰ ਅੱਜ ਤੱਕ ਮੈਂ ਕਦੇ ਬੋਲਦੀ ਨਹੀਂ ਦੇਖੀ ਇਹ ਅੱਜ ਤੱਕ ਬੜਾ ਦੁੱਖ ਆਉਂਦਾ ਇਸ ਗੱਲਾਂ ਦਾ ਅਸੀਂ ਪਾਰਟੀ ਚਾਹੇ ਬੰਦਾ ਉੱਠ ਕੇ ਅੰਮ੍ਰਿਤਸਰ 'ਤੇ ਆਇਆ ਚਾਹੇ ਬੰਦਾ ਉੱਠ ਕੇ ਬੰਬੇ 'ਤੇ ਆਇਆ ਸਾਡੇ ਕੋਲ ਖੜ ਕੇ ਆ ਕੇ ਜੀ ਇਹ ਫਲਾਣੀ ਪਾਰਟੀ ਦਾ ਅਸੀਂ ਚੁੱਪ ਚਾਪ ਕਰਕੇ ਵੋਟਾਂ ਪਾ ਦੀਆਂ ਵੀ ਇਸ ਤਾਂ ਪਾਰਟੀ ਨੂੰ ਵੋਟਾਂ ਪਾ ਰਹੇ ਹਾਂ ਸਵਾਲ ਸਾਨੂੰ ਮਾਰ ਲਿਆ ਇਸ ਪਾਰਟੀਆਂ ਨੇ ਸਾਨੂੰ ਖਾ ਲਿਆ ਇਹਨਾਂ ਪਾਰਟੀਆਂ ਨੇ ਇੱਕ ਗਰੀਬ ਬੰਦਾ ਉੱਠ ਕੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਇੱਕ ਗਰੀਬ ਬੰਦਾ ਉੱਠ ਕੇ ਰਾਜ ਮਿਸਤਰੀ ਦਾ ਕੰਮ ਕਰ ਰਿਹਾ ਸੀ ਉਹਨੂੰ ਮੌਕਾ ਮਿਲ ਗਿਆ MLA ਬਣਨ ਦਾ
ਅੱਜ ਉਹਦੇ ਕੋਲ 5-7 ਕੋਠੀਆਂ ਵੀ ਐ, ਅੱਜ ਘੱਟੋ ਘੱਟ ਵੀ 1000 ਕਰੋੜ ਦਾ ਮਾਲਕ ਹੈ ਉਹ। ਕੀ ਗੱਲ ਵੀ ਉਹ ਕਿਸ ਤਰ੍ਹਾਂ ਬਣ ਗਿਆ? ਕਦੇ ਕਦੇ ਕਿਸੇ ਨੇ ਪੁੱਛਿਆ, ਕਿਸੇ ਰਾਜਨੀਤੀ ਨੇ ਗੱਲ ਉਠਾਈ? ਅਕਾਲੀਆਂ ਦੇ ਤੰਗ ਆ ਜਾਂਦੇ ਅਸੀਂ ਕਾਂਗਰਸ ਮਾਂ ਵੜ ਜਾਂਦੇ ਹਾਂ, ਕਾਂਗਰਸ ਤੰਗ ਆਏ ਅਕਾਲੀਆਂ ਵੜ ਜਾਂਦੇ ਹਾਂ, ਪਰ ਕਦੇ ਕਿਸੇ ਨੇ ਅੱਜ ਤੱਕ ਕਿਸੇ ਸਵਾਲ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਉਪ ਹੋਇਆ, ਇਹ ਕਿਉਂ ਇਹਨਾਂ ਕੋਲ ਚੌਧਰ ਆਈ, ਕਿਉਂ ਇਹਨਾਂ ਕੋਲ ਪੈਸਾ ਆਇਆ, ਕਿਉਂ ਇਹਨਾਂ ਕੋਲ ਇੰਨੀਆਂ ਜਾਇਦਾਦਾਂ ਆਈਆਂ। ਭਰਾਵੋ ਦੱਸੋ ਕਿਸ ਕਿਸ ਬੰਦੇ ਨੇ ਉਹ ਕਰਿਆ? ਜਿਹੜੀ ਚੰਗੀ ਰਾਜਨੀਤੀ ਜਿਸ ਬੰਦੇ ਦੇ ਹੱਲ ਹੋਈ। ਮੈਂ 15-20 ਸਾਲ ਟੌੜਾ ਸਾਹਿਬ ਦੇ ਨਾਲ ਰਿਹਾ, 5-6 ਸਾਲ ਕੈਪਟਨ ਕਮਲਜੀਤ ਦੇ ਨਾਲ ਰਿਹਾ। ਉਹ ਭਰਾਵੋ ਜਿਸ ਪੱਲੇ ਰਾਜਨੀਤੀ ਚੰਗੀ ਪਈ ਆ ਉਹ ਬੰਦਾ ਹੀ ਨਹੀਂ ਰਿਹਾ। ਅੰਕੜੇ ਲਾ ਕੇ ਦੇਖ ਲਓ, ਅੱਜ ਤੇ ਨਹੀਂ ਪਹਿਲਾਂ ਦੇ ਲੈ ਕੇ, ਉਹ ਬੰਦਾ ਨਹੀਂ ਰਿਹਾ। ਸਿਰਫ ਰਿਹਾ ਜਿਹੜਾ ਕਿ ਅਹਿਲਕਾਰ ਅਰ ਸੁਫਨੇ ਸਰਦਾਰ, ਜਿਹੜਾ ਸੋਚਦਾ ਆਪਣੇ ਆਪ ਨੂੰ ਮਜੋਗ ਹੈ ਮੈਂ ਹੀ ਹੈ, ਉਹ ਰਿਹਾ। ਅੱਜ ਜਿਹੜਾ ਇਹ ਮੋਰਚਾ ਪੰਜਾਬ ਦੇ ਵਿੱਚ ਹਰ ਕਿਸੋਂ ਲੱਗਿਆ ਵਾ, ਇਹ ਮੋਰਚੇ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਸਹਿਯੋਗ ਦਿਖ ਰਿਹਾ ਕਿ ਥੋੜ੍ਹਾ ਜਿਹਾ ਸਹਿਯੋਗ ਮੈਨੂੰ ਸੰਤ ਭਿੰਡਰਾਂ ਵਾਲੇ 'ਚ ਵੀ ਦਿਖਿਆ ਸੀ। ਸੰਤ ਸੀ, ਬਿਲਕੁਲ ਅਸਲੀ ਸੰਤ ਸੀ ਉਹ। ਥੋੜ੍ਹਾ ਬਹੁਤਾ ਮੌਕਾ ਮੈਨੂੰ ਵੀ ਉਹਦੇ ਨਾਲ ਬੈਠਣ ਦਾ ਮਿਲਿਆ, ਕੋਈ ਸਵਾਲ ਨਹੀਂ ਮੈਂ ਕਰਿਆ ਉਸ ਬੰਦੇ ਨੂੰ। ਹਾਂ, ਇਹ ਕੋਸ਼ਿਸ਼ ਹੋ ਸਕੀ ਅਸੀਂ ਇੱਕ ਗੱਲ, ਜਦ ਅਟੈਕ ਹੋਇਆ ਮੈਂ ਟੌੜਾ ਸਾਹਿਬ ਦੇ ਨਾਲ ਰਹਿੰਦਾ ਸਾ, ਸਾਨੂੰ ਮੌਕਾ ਮਿਲਿਆ ਵੀ ਕਿਸੇ ਤਰੀਕੇ ਨਾਲ ਇਹ ਅਟੈਕ ਟਾਲਿਆ ਜਾਵੇ। ਅਸੀਂ ਉਸ ਦੀ ਤਕਰੀਬਨ ਲਹਿਰ ਵੀ ਲਈ, ਮੀਟਿੰਗਾਂ ਵੀ ਹੋਈਆਂ, ਮੀਟਿੰਗਾਂ ਹੋਣ ਦੇ ਬਾਵਜੂਦ ਸਾਡਾ ਕੋਈ ਹੱਲ ਨਹੀਂ ਹੋਇਆ। ਅਖੀਰਮਾਂ ਇੰਦਰਾ ਜੀ ਨੇ ਇਹ ਗੱਲ ਕਹੀ, ਮੈਂ ਤੁਹਾਨੂੰ ਸਹੁੰ ਖਾ ਕੇ ਕਹਿ ਰਿਹਾ ਗੱਲ, ਮੈਨੂੰ ਪਤਾ ਉਸ ਚੀਜ਼ ਦਾ ਵੀ ਅਸੀਂ ਅਟੈਕ ਨਹੀਂ ਰੋਕ ਸਕਦੇ, ਸਾਡਾ ਸਾਰਾ ਪਲੈਨ ਬਣ ਗਿਆ, ਨਹੀਂ ਅਟੈਕ ਰੋਕ ਸਕਦੇ। ਫਿਰ ਉੱਥੋਂ ਸੰਤ ਜੀ ਨੇ ਉੱਠਣਾ ਨਹੀਂ ਮੰਨਿਆ, ਕਹਿੰਦਾ ਠੀਕ ਹੈ, ਜੇ ਮੇਰੀ ਕੁਰਬਾਨੀ ਦੇ ਵਿੱਚ ਇਹ ਲਿਖਿਆ ਵਾ ਜ਼ਰੂਰ ਹੋਊਗੀ। ਸਵਾਲ ਦੁੱਖ ਹੋਇਆ, ਅੱਜ ਤੱਕ ਸਵੈ ਦੁੱਖਾਂ 'ਤੇ ਵੀਰੋ ਮੇਰੇ ਪੱਲੇ ਕੁਛ ਨਹੀਂ ਪਿਆ। ਗਰੀਬ ਪਰਿਵਾਰ 'ਚੋਂ ਮੈਂ, ਕੋਈ ਬਹੁਤਾ ਤਕੜਾ ਨਹੀਂ, ਬਹੁਤਾ ਜ਼ਿਆਦਾ ਮੇਰੇ ਕੋਲ ਕੁਛ ਨਹੀਂ ਹੈਗਾ, ਪਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਤੀ ਵੀ ਅਖੀਰਮਾਂ ਆ ਕੇ ਮੇਰੇ ਬੱਚੇ ਵੀ ਮੇਰੇ ਕੋਲ ਨਹੀਂ ਰਹੇ। ਮੇਰੇ ਕੋਲ 2 ਲੜਕੀਆਂ, 1 ਲੜਕਾ ਤਾਂ ਐਕਸੀਡੈਂਟ ਹੋ ਕੇ ਮਾਰਿਆ ਗਿਆ ਤਾ, ਬਹੁਤ ਲਾਇਕ ਬੱਚਾ ਤਾ ਭਲਵਾਨ ਲਾਈਨ 'ਚ, ਜਿਹੜਾ ਕਰਾਲੀ ਐਕਸੀਡੈਂਟ ਹੋਇਆ 10-12 ਸਾਲ ਪਹਿਲਾਂ, ਉਹਦੇ ਵਿੱਚ ਹਾਸੇ 'ਚ ਮਾਰਿਆ ਗਿਆ। ਉਹ ਭਰਾਵੋ ਮੇਰੇ ਕੋਲ ਕੁਛ ਵੀ ਨਹੀਂ ਰਿਹਾ। ਹੁਣ ਮੋਦੀ ਨੇ ਸ਼ਰਾਰਤ ਕਰੀ, ਸ਼ਰਾਰਤ ਇਹਨੂੰ ਮਹਿੰਗੀ ਲੱਗੀ ਪੈਣ। ਜਾਂ ਟਰੰਪ ਦਾ ਹਾਰਨਾ ਮੋਦੀ ਦੇ ਕਾਰਨ ਹਾਰਨਾ, ਉੱਥੇ ਤੇ ਚੰਗੀ ਛਤਰੋੜ ਵੱਜੀ ਹੈ ਇਹਨੂੰ, ਯੂਪੀ ਮਾਤੇ ਦਾ ਉਹ ਹਾਲ ਹੋਊਗਾ ਜਿਹੜਾ ਨਹੀਂ ਹੋਣਾ, ਸੋਚਿਆ ਵੀ ਨਹੀਂ ਕਦੇ। ਹੋ ਸਕਦਾ ਖਾਤਾ ਵੀ ਨਾ ਖੁੱਲੇ ਬਿਹਾਰ 'ਚੋਂ, ਜਿਹੜਾ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਿਹਾ। ਸਵਾਲ ਇਹੀ ਪੰਜਾਬ ਦੇ ਵਿੱਚ ਸਥਿਤੀ ਆ ਸਾਡੀ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਸੁਣਾਉਣ ਦਾ ਬੰਦਾ ਵੀ ਨਾ ਟੱਕਰੇ, ਅਸੀਂ ਚਾਹੁੰਦੇ ਹਾਂ ਵੀ ਸੁਣਾਉਣ ਦਾ ਸਾਨੂੰ ਬੰਦਾ ਵੀ ਨਾ ਟੱਕਰੇ ਕੋਈ। ਕਿਉਂ? ਬੜੀ ਆਸ ਲਾਈ ਤੀ ਵੀ ਚਲੋ ਇੰਨੇ ਸਾਲਾਂ ਬਾਅਦ ਰਦਲ ਬਦਲ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਈ ਹੈ ਵੀ ਸਾਡੇ ਲੋਕਾਂ ਦਾ ਕੁਛ ਭਲਾ ਹੋ ਜਾਊਗਾ। ਅਸੀਂ ਆਪਣਾ ਭਲਾ ਇਕੱਲੇ ਨਹੀਂ ਚਾਹੁੰਦੇ, ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ, ਸਾਰੇ ਸੰਸਾਰ ਦਾ ਭਲਾ ਚਾਹੁੰਦੇ ਹਾਂ। ਤੜਕੇ ਉੱਠ ਕੇ ਸੱਚੇ ਪਾਤਸ਼ਾਹ ਨਾਲ ਲੈਂਦੇ ਹਾਂ, ਫਿਰ ਵੀ ਸੰਸਾਰ ਦੀ ਖੈਰ ਮੰਗਦੇ ਹਾਂ। ਸੱਚੇ ਪਾਤਸ਼ਾਹ ਸੰਸਾਰ ਦੀ ਖੈਰ ਕਰੋ, ਸੱਚੇ ਪਾਤਸ਼ਾਹ ਸੰਸਾਰ ਪਰ ਮਿਹਰ ਕਰੋ। ਤਾਂ ਸਵਾਲ ਆਪਣੇ ਪਰ ਫਿਰ ਉੱਥੇ ਘੁੰਮ ਕੇ ਉਸ ਤਰ੍ਹਾਂ ਹੀ ਆ ਜਾਂਦਾ, ਉਸ ਨਾਲੋਂ ਵੀ ਮਾੜਾ ਹੋਇਆ। ਹੁਣ ਇਹ ਮਸਲਾ ਜੇ ਹੱਲ ਹੋ ਵੀ ਜਾਂਦਾ, ਮੈਂ ਤਾਂ ਇਹ ਆਪਣੇ ਵੀਰ ਨੂੰ ਦੀਪ ਸਿੱਧੂ ਨੂੰ ਇੱਕ ਬਹੁਤ ਪਾਤਰ ਦੇ ਤੌਰ 'ਤੇ ਮੰਨਦਾ, ਵਧਾਈ ਦੇ ਤੌਰ 'ਤੇ ਮੰਨਦਾ ਜਿਨ੍ਹਾਂ ਨੇ ਆ ਕੇ ਇੱਥੇ ਮੋਰਚਾ ਲਾਇਆ। ਅਸੀਂ ਪੰਜਾਬ ਨੂੰ ਆਜ਼ਾਦੀ ਦੇ ਸੁਪਨੇ ਦੇਖ ਰਹੇ ਹਾਂ ਹੁਣ ਇਸ ਟਾਈਮ ਵੀ, ਕਿਸੇ ਵੀ ਤਰੀਕੇ ਨਾਲ ਜੇ ਕਿਤੇ ਪੰਜਾਬ ਆਜ਼ਾਦ ਹੋ ਜੇ, ਇਹ ਗੁਲਾਮੀ 'ਤੇ ਅਸੀਂ ਛੁਟਕਾਰਾ ਪਾ ਲਈਏ, ਤਾਂ ਛੁਟਕਾਰਾ ਇਸੇ ਤਰੀਕੇ ਨਾਲ ਪੈ ਸਕਦਾ ਜੇ ਆਪਾਂ ਇਕੱਠੇ ਰਹੇ ਤਾਂ, ਕਿਸਾਨ ਮੋਰਚਾ ਇਕੱਠਾ ਰਿਹਾ ਤਾਂ। ਜੇ ਅਸੀਂ ਫਿਰ ਪਾਲੜਿਆਂ ਵਾਂ ਚੜ੍ਹ ਗਏ, ਇੱਕ ਪਾਲੜਾ ਉੱਧਰ ਹੋ ਜਾਣਾ, ਇੱਕ ਪਾਲੜਾ ਉੱਧਰ ਹੋ ਜਾਣਾ, ਤੀਆ ਆਜੂ ਕੋਈ ਵਿੱਚ ਵੜ ਜੂਗਾ, ਇਹਨਾਂ ਚੜ੍ਹ ਗਏ ਸਾਡੇ ਕੋਈ ਸੁਣਵਾਈ ਨਹੀਂ ਹੋਣੀ। ਮੇਰੇ ਵੀਰੋ ਇਸ ਗੱਲ ਦਾ ਧਿਆਨ ਰੱਖੋ, ਮੇਰਾ ਆਪਣਾ ਸਰੀਰ ਹੁਣ ਕੰਮ ਕਰਨ ਲੱਗ ਗਿਆ, ਮੈਂ ਤਾਂ ਇਸੇ ਇਹਦੀ ਜਿਹੜੀ ਆ ਮੋਰਚੇ ਦੀ ਵੀ ਦੁਆ ਕਰਦਾ ਵੀ ਮੈਨੂੰ ਦਿਨੋਂ ਦਿਨ ਠੀਕ ਹੁੰਦਾ ਜਾ ਰਿਹਾ, ਮੇਰੀ ਦਵਾਈ ਜਿਹੜੀ ਆ ਬਿਲਕੁਲ ਇਸ ਟਾਈਮ ਬੰਦ ਹੋ ਗਈ, ਦਿਨੋਂ ਦਿਨ ਮੈਂ ਠੀਕ ਹੁੰਦਾ ਜਾ ਰਿਹਾ। ਅੱਜ ਤੁਹਾਡੇ ਸਾਹਮਣੇ ਖੜ੍ਹ ਕੇ ਬੋਲ ਰਿਹਾ, ਜਿਸ ਦਿਨ ਮੈਂ ਪਹਿਲੇ ਦਿਨ ਆਇਆ ਤਾਂ ਬੋਲ ਨਹੀਂ ਸਕਿਆ, ਤਾਂ ਸਿਰਫ ਦੇਖ ਕੇ ਮੁੜ ਗਿਆ। ਦੂਈ ਵਾਰੀ ਮੈਂ ਥੋੜ੍ਹਾ ਜਿਹਾ ਨਾਲ ਬੰਦਾ ਖੜਾ ਕੇ ਬੋਲਿਆ,
थोड़ा जा के बोलिया ती वेरी आके मैनू सोना बोलना मिल गया। आज पंजवी छेवी वेरी मैं आया, कल भी आया, कल बैठ के मुड़ के चला गया। क्यों? चाहे मैं घर से सो चोरी आवा पर आ जाना है, मेरा मन नहीं लगता घर, मेरा मन इस परिवार च लगता। मैं चाहना भी साढ़े को सुख आ जाए, सुख की अरदास कर रहा, सुख की कामना कर रहा भी सच्चे पातशाह साड़ा मुल्क जरा पंजाब आजाद हो जाए। ना उरे कोई कानून रहा, ना कोई रेखा रही है, ना कोई अज तक कोई किसी के नाल पल्ले कुछ पैंदा, हमेशा माड़े दे नाल मारे मार होंदी है, मारे मार होंदी है। जिन्नी मुलाजम तबका ये भी तंग है। मैं जद अपने खाड़कूबाद की लहर थी उस समय मैं बहुत अफसरों नूं रोंदे देखिया, बहुत अफसरों नूं मैं देखिया अपनी अखां नाल रोंदे। वाका हो जाना, सारा कुछ हो जाना, उपर दे हुक्म आने भी आ ऐ होना चाहिए। अखीर में उन्होंने रोना भी साड़ी जिहड़ी नौजवानी है बिल्कुल टिकाने लगती जा रही है। उस तो असी फिर थोड़ा छुटकारा पिया, गल दबी, फिर असी नशियामा तौर पर दसो वर्ल्ड दे विच कितें इन्ना इन्ना सुनिया भी कितें चिट्टा आया कोई स्मैक या कोई होर नशा है साढ़े पंजाब तक खलाउण बन गया, खेल बन गया इस चीज़ का। क्यों आप क्यों नहीं छुटकारा पाते? आप सिर्फ आजादी च है, गुलामी च है, गुलामी च आजादी नहीं अपन मिली। जे आजादी मिले तो अपने कानून भी कायम रहन, अपनी रक्षा भी कायम रहे, तो अपने कोल आजादी का सुपना तदे पूरा हो सकता जी। आप सारी चीज़ से मुक्त हो जाइए। किसी रोटी तो परमात्मा सच्चे पातशाह दो टाइम दे ही दिंदा, रोटी हर एक मिलती है, कोई पैसे नाल ज़्यादा ढिड नहीं भरता या पैसे नाल कोई ज़्यादा बड़ी सरदारी नहीं बनती। पैसा कोई चीज़ नहीं, जे अहमियत है तो अपने परिवारों की है, अहमियत है अपनी गरीबी की है। आप सारे रल के इस मकसद नूं चलो, एक दे दूजे नूं, दूजे दे तीजे नूं, तीजे चौथे नूं। मेरा अपना सुपना है भी मैं अपने हल्के दे विचों सारे पिंड पिंड फिरूंगा, घर घर फिरूंगा, लोगों नूं यही कहना भी मसा आपां नूं मौका मिलिया, ओ मेरे भरावो, ओ मेरे वीरो, आपां कट्ठे हो गए, कट्ठे हो के हमला मारीे पंजाब की आजादी वास्ते। मैं मेरी इन्नी क बेनती है, मैं थानू भी सब यही बेनती करना, सारे सुपना लो इस गल का भी आप एक दे दूजा, दूजे तीजा, तीजे चौथा, इस तरह ही एक एक करके सैकड़े हो जाएंगे। आप सैकड़े कट्ठे हो गए, कट्ठे हो गए तो ही बचाओ हो सकता। आप पॉलिटिक्सा तो बचीए, पॉलिटिक्स में सवाए मारन से अपने को पल्ले कुछ नहीं पिया। इन्ना ही शिवा कहना, शिवा का याचिका, वाहेगुरु जी का खालसा, वाहेगुरु जी की फतेह।